ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਈ ਤਰ੍ਹਾਂ ਕਈ ਬਿਮਾਰੀਆਂ ਹੁੰਦੀਆਂ ਨੇ ਜੀ ਆਪਣੇ ਖੇਤ ਦੇ ਵਿੱਚ ਆਉਂਦੀਆਂ ਨੇਗੀਆਂ, ਅਤੇ ਉਹਨਾਂ ਦੇ ਕੰਟਰੋਲ ਦੇ ਲਈ ਅਸੀਂ ਬੀਜਾਂ ਦੀ ਸੋਧ ਕਰਕੇ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਕਰ ਸਕਦੇ ਹਾਂ। ਅਤੇ ਆਪਾਂ ਕੀ ਕਰਦੇ ਹਾਂਗੇ, ਬੀਜਾਂ ਦੀ ਸੋਧ ਨਹੀਂ ਕਰਦੇ ਪਰ ਵੱਧ ਤੋਂ ਵੱਧ ਸਪਰੇਆਂ ਕਰਦੇ ਹਾਂ ਖੇਤ ਜਾ ਕੇ, ਜਿਹਦੇ ਨਾਲ ਕੀ ਹੁੰਦਾ ਹੈਗਾ ਆਪਣਾ ਖਰਚਾ ਬਹੁਤ ਹੁੰਦਾ ਹੈਗਾ ਅਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਵੀ ਸਿਹਤ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਬਿਮਾਰੀਆਂ ਆ ਜਾਂਦੀਆਂ ਨੇਗੀਆਂ। ਇਹਦੇ ਕੰਟਰੋਲ ਦੇ ਲਈ ਆਪਾਂ ਕੀ ਕਰਨਾ ਹੈਗਾ ਕਿ ਬੀਜਾਂ ਨੂੰ ਸੋਧਣਾ ਬੀਜਣ ਤੋਂ ਪਹਿਲਾਂ, ਅਤੇ ਉਹਦੇ ਨਾਲ ਕੀ ਹੋਊਗਾ ਕਿ ਫਸਲਾਂ ਦਾ ਝਾੜ ਹੋਊਗਾ ਉਹ ਵੀ ਵਧੀਆ ਆਜੂਗਾ ਅਤੇ ਹੋਰ ਤਰ੍ਹਾਂ ਦੀ ਜਿਹੜੀਆਂ ਬਿਮਾਰੀਆਂ ਆਉਣਗੀਆਂ ਬਾਅਦ ਵਿੱਚ ਪ੍ਰੋਬਲਮਸ ਆਉਣਗੀਆਂ ਉਹ ਵੀ ਨਹੀਂ ਆਉਣਗੀਆਂ। ਇਹਦੇ ਲਈ ਕੀ ਕਰਨਾ ਕਿ ਜਿੱਦਾਂ ਤੁਹਾਨੂੰ ਲੀਫਲੈਟ ਦੇਵਾਂਗੇ ਅਸੀਂ, ਉਹਦੇ ਉੱਪਰ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਲਈ ਅਲੱਗ ਅਲੱਗ ਤਰ੍ਹਾਂ ਦੀਆਂ ਦਵਾਈਆਂ ਲਿਖੀਆਂ ਹੋਈਆਂ ਜਿਨ੍ਹਾਂ ਦੇ ਨਾਲ ਤੁਸੀਂ ਉਹਨਾਂ ਦੀ ਸੋਧ ਕਰ ਸਕਦੇ ਹੋ। ਬੀਜਾਂ ਦੀ ਸੋਧ ਕਰਨ ਦੇ ਲਈ ਕੀ ਹੁੰਦਾ ਹੈਗਾ ਕਿ ਕਈ ਵਾਰੀ ਕੀ ਹੁੰਦਾ ਕਿ ਬਿਮਾਰੀਆਂ ਦੇ ਕਣ ਹੁੰਦੇ ਨੇ ਜਿਹੜੇ ਉਹ ਬੀਜ ਦੇ ਵਿੱਚ ਪਏ ਰਹਿੰਦੇ ਨੇਗੇ, ਅਤੇ ਜਦੋਂ ਆਪਾਂ ਉਹ ਵਾਲੇ ਬੀਜਾਂ ਨੂੰ ਬਿਨਾਂ ਸੋਧੇ ਹੋਏ ਖੇਤ ਦੇ ਵਿੱਚ ਬੀਜਦੇ ਹਾਂ ਤਾਂ ਉਹਨਾਂ ਨੂੰ ਜਦੋਂ ਉਹ ਵਾਲਾ ਮੌਸਮ ਮਿਲਦਾ ਤਾਂ ਉਹਦੇ ਨਾਲ ਉਹ ਕਿਰਿਆਸ਼ੀਲ ਹੋ ਕੇ ਝਾੜ ਦੇ ਉੱਪਰ ਅਸਰ ਪਾ ਦਿੰਦੇ ਨੇਗੇ। ਅਤੇ ਇਹਦੇ ਕੰਟਰੋਲ ਦੇ ਲਈ ਬੀਜ ਸੋਧ ਕਰਨ ਦੇ ਲਈ ਉਹਦੇ ਅਲੱਗ ਅਲੱਗ ਤਰੀਕੇ ਹੁੰਦੇ ਨੇਗੇ। ਜਿਵੇਂ ਸਭ ਤੋਂ ਪਹਿਲਾਂ ਹੈਗਾ ਕਿ ਆਪਾਂ ਉੱਲੀ ਨਾਸ਼ਕ ਜਿਹੜਾ ਹੈਗਾ ਉਹਦਾ ਘੋਲ ਤਿਆਰ ਕਰਕੇ ਜਾਂ ਫਿਰ ਉਹਨੂੰ ਸੁੱਕੇ ਹੀ ਉਹਦੇ ਬੀਜਾਂ ਦੇ ਉੱਪਰ ਮਲ ਕੇ ਤਾਂ ਆਪਾਂ ਉਹਦੀ ਬਿਮਾਰੀ ਦਾ ਕੰਟਰੋਲ ਕਰ ਸਕਦੇ ਹਾਂਗੇ। ਜਾਂ ਫਿਰ ਕੀ ਕਰਨਾ, ਜਿਵੇਂ ਕਿ ਟ੍ਰਾਈਕੋਡਰਮਾ ਹਾਰਜੀਆਨਾ ਨਾਂ ਦਾ ਪਾਊਡਰ ਮਿਲਦਾ ਹੈਗਾ, ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉਹਦੇ ਮਾਈਕਰੋਬਾਇਓਲੋਜੀ ਲੈਬ 'ਚੋਂ ਲੈ ਸਕਦੇ ਹੋਗੇ। ਉਹਨੂੰ 15 ਗ੍ਰਾਮ ਲੈਣਾ ਹੈਗਾ 1 ਕਿਲੋ ਸੀਡ ਦੇ ਪਿੱਛੇ। ਉਹਦੇ ਨਾਲ ਕੀ ਕਰਨਾ, ਉਹਨੂੰ ਚੰਗੀ ਤਰ੍ਹਾਂ ਮਲ ਕੇ ਉਹਨੂੰ ਬਾਅਦ ਵਿੱਚ ਬੀਜਾਂ ਨੂੰ ਬੀਜ ਸਕਦੇ ਹਾਂਗੇ, ਜਿਹਦੇ ਨਾਲ ਕਿ ਤੁਹਾਡੇ ਖੇਤ ਵਿੱਚ ਬਿਮਾਰੀ ਘੱਟ ਆਊਗੀ। ਜਾਂ ਫਿਰ ਜੇ ਤੁਸੀਂ ਬੀਜਾਂ ਨੂੰ ਪਹਿਲਾਂ ਨਹੀਂ ਸੋਧਿਆ ਅਤੇ ਬਾਅਦ ਵਿੱਚ ਜਾ ਕੇ ਤੁਸੀਂ ਪਨੀਰੀ ਲਾ ਦੇਗੀ ਜਿਵੇਂ ਝੋਨੇ ਦੀ ਲਾਈਏਗੀ, ਅਤੇ ਉਹਦੇ ਲਈ ਤੁਹਾਡੇ ਜਿਵੇਂ ਝੰਡਾ ਰੋਗ ਆਉਂਦਾ ਹੈਗਾ ਖੇਤ ਦੇ ਵਿੱਚ, ਉਹਦੇ ਕੰਟਰੋਲ ਦੇ ਲਈ ਕੀ ਕਰਨਾ ਹੈਗਾ ਕਿ ਤੁਸੀਂ 15 ਗ੍ਰਾਮ ਨੂੰ ਟ੍ਰਾਈਕੋਡਰਮਾ ਹਾਰਜੀਆਨਮ ਨੂੰ 1 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦੇ ਵਿੱਚ ਪਨੀਰੀ ਨੂੰ 6 ਘੰਟਿਆਂ ਦੇ ਲਈ ਰੱਖਣਾ ਹੈਗਾ, ਅਤੇ ਉਸ ਤੋਂ ਬਾਅਦ ਉਹਨੂੰ ਬੀਜ ਦੇਣਾ ਖੇਤ ਦੇ ਵਿੱਚ। ਉਹਦੇ ਨਾਲ ਕੀ ਹੋਊਗਾ, ਤੁਹਾਡਾ ਝੰਡਾ ਰੋਗ ਜਿਹੜਾ ਬਾਸਮਤੀ ਦੇ ਵਿੱਚ ਆਉਂਦਾ ਹੈਗਾ ਉਹ ਘੱਟ ਆਊਗਾ। ਅਤੇ ਦੂਸਰਾ ਹੈਗਾ ਕਿ ਤੁਸੀਂ ਜਿਵੇਂ ਉੱਲੀ ਨਾਸ਼ਕ ਹੁੰਦੇ ਨੇ ਉਹਨਾਂ ਨੂੰ ਸੁੱਕੇ ਹੀ ਉਹਨਾਂ ਨੂੰ ਉਹਦੇ ਵਿੱਚ ਬੀਜ ਦੇ ਨਾਲ ਮਿਕਸ ਕਰਨਾ। ਉਹਦੇ ਲਈ ਕੀ ਕਰਨਾ, ਇੱਕ ਡਰੈਸਰ ਡਰੰਮ ਹੁੰਦਾ ਹੈਗਾ ਉਹਦੇ ਵਿੱਚ, ਜਾਂ ਫਿਰ ਉਹਦੀ ਜਗ੍ਹਾ 'ਤੇ ਆਪਾਂ ਘੜਾ ਵੀ ਯੂਜ਼ ਕਰ ਸਕਦੇ ਹਾਂਗੇ। ਉਹਦਾ 1/3 ਹਿੱਸਾ ਖਾਲੀ ਛੱਡ ਕੇ ਬਾਕੀ ਸਾਰਿਆਂ ਨੂੰ ਭਰ ਕੇ ਉਹਨੂੰ ਕੀ ਕਰਨਾ ਕਿ ਉਹਦੇ 'ਚ ਬੀ ਪਾ ਦੇਣੇ ਹੈਗੇ ਅਤੇ ਲੋੜੀਂਦ ਦੀ ਜਿਹੜੀ ਦਵਾਈ ਪਾਉਣੀ ਹੈਗੀ। ਫਿਰ ਉਹਦੇ ਉੱਪਰ ਢੱਕਣ ਲਗਾ ਕੇ ਅਤੇ ਉਹਨੂੰ ਖੱਦਰ ਦੇ ਕੱਪੜੇ ਨਾਲ ਬੰਨ੍ਹ ਕੇ ਉਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈਗਾ ਕਿ ਜਿਹੜੀ ਦਵਾਈ ਹੈਗੀ ਉਹ ਚੰਗੀ ਤਰ੍ਹਾਂ ਉਹਦੇ ਉੱਪਰ ਲੱਗ ਜਾਵੇ ਸਾਰੇ ਬੀਜ ਦੇ ਉੱਪਰ। ਅਤੇ ਇਹਦੇ ਨਾਲ ਕੀ ਹੋਊਗਾ ਕਿ ਬੀਜ ਚੰਗੀ ਤਰ੍ਹਾਂ ਸੋਧਿਆ ਜਾਊਗਾ ਅਤੇ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਆਪਾਂ ਕੰਟਰੋਲ ਕਰ ਸਕਦੇ ਹਾਂ। ਹਾਂਜੀ, ਇਸ ਤੋਂ ਅੱਗੇ ਜਿਹੜਾ ਹੈਗਾ ਕਿ ਕਿਹੜੀਆਂ ਆਪਾਂ ਦਵਾਈਆਂ ਯੂਜ਼ ਕਰਦੇ ਹਾਂਗੇ ਇਹਦੇ ਕੰਟਰੋਲ ਦੇ ਲਈ, ਉਹ ਇੱਦਾਂ ਨੇ ਵੱਖ ਵੱਖ ਫਸਲਾਂ ਲਈ ਬੀਜ ਦੀ ਸੋਧ ਥੀਰਮ ਕਪਤਾਨ ਬਵਿਸਟਿਨ ਬੀਟਾਵੈਕਸ ਰੈਕਮਿਲ ਆਦਿ ਧੂੜੇਦਾਰ ਦਵਾਈਆਂ ਨਾਲ ਕੀਤੀ ਜਾਂਦੀ ਹੈ। ਇੱਕ ਗੱਲ ਜ਼ਰੂਰ ਨੋਟ ਕਰਿਓ, ਕਪਤਾਨ ਜਾਂ ਥੀਰਮ ਨਾਲ ਬੀਜ ਦੀ ਸੋਧ ਕਦੇ ਵੀ ਬਿਜਾਈ ਤੋਂ 1 ਦਿਨ ਮਹੀਨਾ ਪਹਿਲਾਂ ਨਾ ਕਰਿਓ, ਕਿਉਂਕਿ ਇਸ ਤਰ੍ਹਾਂ ਬੀਜ ਦੇ ਉੱਗਣ ਦੀ ਸ਼ਕਤੀ ਮਾੜੀ ਬੀਜ ਦੀ ਉੱਗਣ ਦੀ ਸ਼ਕਤੀ 'ਤੇ ਮਾੜਾ ਅਸਰ ਪੈਂਦਾ। ਕੁਦਰਤੀ ਤਰੀਕੇ ਨਾਲ ਵੀ ਅਸੀਂ ਬੀਜ ਦੀ ਸੋਧ ਕਰ ਸਕਦੇ ਹਾਂ। 3 ਕੁਦਰਤੀ ਤਰੀਕਿਆਂ ਨਾਲ ਬੀਜ ਦੀ ਸੋਧ ਹੁੰਦੀ ਹੈ। ਪਹਿਲਾ ਤਰੀਕਾ ਹੈਗਾ ਸੂਰਜੀ ਗਰਮੀ ਨਾਲ ਬੀਜਾਂ ਨੂੰ ਸੋਧਣਾ। ਦਵਾਈ ਲਗਾਉਣ ਤੋਂ ਬਿਨਾਂ ਹੀ ਅਸੀਂ ਕਣਕ ਅਤੇ ਜੌਂ ਦੇ ਬੀਜ ਦੀ ਸੋਧ ਕਰਕੇ ਕੰਗਿਆਰੀ ਦੀ ਰੋਕਥਾਮ ਕਰ ਸਕਦੇ ਹਾਂ। ਬੀਜਾਂ ਨੂੰ ਸੂਰਜ ਦੀ ਤਪਸ਼ ਨਾਲ ਰੋਗ ਰਹਿਤ ਕਰਨ ਲਈ 6 ਜੂਨ ਦੇ ਮਹੀਨੇ ਕਿਸੇ ਸਾਫ਼ ਕੜਕ ਦੀ ਧੁੱਪ ਵਾਲੇ ਦਿਨ ਸਵੇਰ 8 ਤੋਂ 12 ਤੱਕ ਪਾਣੀ ਵਿੱਚ ਭਿਓ ਲਓ ਅਤੇ ਬਾਅਦ ਵਿੱਚ ਫਰਸ਼ ਉੱਤੇ ਕੱਪੜਾ ਵਿਛਾ ਕੇ ਪਤਲੀ ਤਹਿ ਵਿੱਚ ਖਿਲਾਰ ਕੇ ਬੀਜ ਨੂੰ ਚੰਗੀ ਤਰ੍ਹਾਂ ਸੁਕਾਓ। ਬੀਜਣ ਵੇਲੇ ਤੱਕ ਸੁੱਕੀ ਜਗ੍ਹਾ ਸਟੋਰ ਕਰ ਲਓ। ਅਸੀਂ ਪਾਣੀ ਨਾਲ ਵੀ ਬੀਜਾਂ ਨੂੰ ਸੋਧ ਸਕਦੇ ਹਾਂ। ਕਣਕ ਵਿੱਚ ਮੰਮਣੀ ਦੀ ਰੋਕਥਾਮ ਵੀ ਬੜੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਬੀਜ ਨੂੰ ਸਾਫ਼ ਪਾਣੀ ਵਿੱਚ ਪਾ ਕੇ 2-3 ਮਿੰਟ ਚੰਗੀ ਤਰ੍ਹਾਂ ਹਿਲਾਓ। ਮੰਮਣੀ ਉੱਪਰ ਤਰ ਆਵੇਗੀ, ਇਸ ਨੂੰ ਬਾਹਰ ਕੱਢ ਕੇ ਸਾੜ ਦਿਓ ਅਤੇ ਥੱਲੇ ਬੈਠੇ ਅਰੋਗ ਬੀਜ ਨੂੰ ਸੁਕਾ ਕੇ ਬੀਜੋ। ਬੀਜ ਸੋਧ ਦਾ ਤੀਜਾ ਕੁਦਰਤੀ ਤਰੀਕਾ ਹੈ ਲੂਣੇ ਪਾਣੀ ਨਾਲ ਬੀਜ ਦੀ ਸੋਧ। ਬਾਜਰੇ ਦੀ ਗੁੰਦੀਆ ਰੋਗ ਤੋਂ ਬਚਾਅ ਲਈ ਇਸ ਤਰੀਕੇ ਨੂੰ ਆਮ ਤੌਰ 'ਤੇ ਵਰਤਿਆ ਜਾਂਦਾ ਹੈ। ਇਸ ਬਿਮਾਰੀ ਦੀ ਉੱਲੀ ਬੀਜ ਅਤੇ ਜ਼ਮੀਨ ਰਾਹੀਂ ਆਉਂਦੀ ਹੈ। ਇਸ ਰੋਗ ਵਾਲੇ ਸਿੱਟੇ ਵਰਤਣ ਨਾਲ ਡੰਗਰਾਂ ਅਤੇ ਮਨੁੱਖਾਂ ਨੂੰ ਜ਼ਹਿਰ ਚੜ ਜਾਂਦਾ ਹੈ, ਸੋ ਬੀਜ ਨੂੰ ਸੋਧਣ ਲਈ ਬੀਜ ਨੂੰ 10% ਲੂਣੇ ਪਾਣੀ ਵਿੱਚ ਡੁਬੋ ਲੈਣ ਨਾਲ ਅਸੀਂ ਬਿਮਾਰੀ ਦੇ ਦਾਣਿਆਂ ਨੂੰ ਅਲੱਗ ਕਰ ਸਕਦੇ ਹਾਂ। ਬਿਮਾਰੀ ਵਾਲੇ ਦਾਣੇ ਹਲਕੇ ਹੋਣ ਕਰਕੇ ਉੱਪਰ ਤਾਰ ਆਉਣਗੇ, ਇਹਨਾਂ ਨੂੰ ਵੱਖਰੇ ਕਰਕੇ ਸਾੜ ਦਿਓ। ਸਾਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਲੈਕਚਰ ਵਧੀਆ ਲੱਗਿਆ ਹੋਵੇਗਾ ਅਤੇ ਤੁਸੀਂ ਸੁਧਰੇ ਬੀਜਾਂ ਨੂੰ ਉੱਤਮ ਖੇਤੀ ਦੀ ਚਾਬੀ ਵਾਂਗ ਵਰਤੋਗੇ। ਧੰਨਵਾਦ।
ਧੰਨਵਾਦ ਬਹੁਤ ਬਹੁਤ।